ਹਨੀ ਸਿੰਘ ਕਹਿੰਦਾ ਕਿ ਸਾਰਾ ਕੁਛ ਉਹ ਸ਼ੈਤਾਨੀ ਪੈਰੇ ਦੇ ਵਿੱਚ ਕਰਦਾ ਰਿਹਾ, ਅੱਜ ਉਹ ਮਹਾਂਦੇਵ ਦਾ ਭਗਤ ਹੋ ਚੁੱਕਾ ਅਤੇ ਅੱਜ ਉਹ ਸਾਰਾ ਕੁਛ ਛੱਡ ਚੁੱਕਾ। ਖੈਰ ਇਹ ਤੁਸੀਂ ਉਹਦੇ ਅੱਜ ਦੇ ਗੀਤਾਂ ਤੋਂ ਪਤਾ ਕਰ ਸਕਦੇ ਹੋ ਵੀ ਛੱਡ ਚੁੱਕਾ ਜਾਂ ਨਹੀਂ ਛੱਡ ਚੁੱਕਾ। ਪਰ ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਬੰਦੇ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ ਤਕਰੀਬਨ 10-12 ਸਾਲ ਪਹਿਲਾਂ ਹਨੀ ਸਿੰਘ ਦੇ ਇਹੋ ਜਿਹੇ ਗੀਤਾਂ ਦਾ ਵਿਰੋਧ ਕਰਦੇ ਸੀ, ਉਹ ਹਨੀ ਸਿੰਘ ਦੇ ਅੰਦਰ ਦੇ ਸ਼ੈਤਾਨ ਨੂੰ ਉਸ ਸਮੇਂ ਜਾਣ ਚੁੱਕੇ ਸੀ, ਜਿਹੜੇ ਸ਼ੈਤਾਨ ਦਾ ਹਨੀ ਸਿੰਘ ਨੂੰ ਅੱਜ ਆ ਕੇ ਪਤਾ ਲੱਗਾ। ਸੋ ਉਹ ਜਿੰਨੇ ਵੀ ਲੋਕ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਹਨੀ ਸਿੰਘ ਦੇ ਇਹੋ ਜਿਹੇ ਗੀਤਾਂ ਦਾ ਵਿਰੋਧ ਕੀਤਾ, ਉਹ ਵਧਾਈ ਦੇ ਹੱਕਦਾਰ ਨੇ। ਸ਼ਾਇਦ ਮਹਾਰਾਜ ਵੱਲੋਂ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇੱਕ ਬੰਦਾ ਇਸ ਕਿਸਮ ਦੇ ਗੀਤ ਗਾ ਕੇ ਨਸਲਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨਸਲਾਂ ਦੇ ਵਿੱਚ ਉਹਨਾਂ ਨਸਲਾਂ ਨੂੰ ਨਸ਼ੇ ਦੇ ਆਦੀ ਬਣਾਉਣ ਦੀ ਕੋਸ਼ਿਸ਼ ਕਰਨ ਡਿਆ। ਸੋ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਬੰਦੇ ਦਾ ਵਿਰੋਧ ਕਰੋ। ਉਹਨਾਂ ਸਮਿਆਂ 'ਚ ਹਨੀ ਸਿੰਘ ਦਾ ਵਿਰੋਧ ਕਰਨ ਵਾਲੇ ਭੈਣਾਂ ਭਰਾਵਾਂ ਨੂੰ ਬਹੁਤ ਕਿਸਮ ਦੀਆਂ ਐਲੀਗੇਸ਼ਨਸ ਦਾ ਸਾਹਮਣਾ ਕਰਨਾ ਪਿਆ। ਕਿਸੇ ਨੇ ਕਿਹਾ ਕਿ ਸ਼ੋਹਰਤ ਦੇ ਲਈ ਹਨੀ ਸਿੰਘ ਦਾ ਵਿਰੋਧ ਕਰਦੇ ਆ, ਕਿਸੇ ਨੇ ਕਿਹਾ ਕਿ ਇਹ ਪੈਸੇ ਲੈ ਕੇ ਹਨੀ ਸਿੰਘ ਦਾ ਵਿਰੋਧ ਕਰਨ ਡਏ ਆ, ਅਤੇ ਕਿਸੇ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਦਾ ਤਾਂ ਕੰਮ ਹੀ ਇਹ ਆ, ਜਿਹੜਾ ਵੀ ਕੋਈ ਸਿੰਗਰ ਆਉਂਦਾ ਉਹਦੇ ਸਾਹਮਣੇ ਬੋਰਡ ਫੜ ਕੇ ਖਲੋਜੋ ਅਤੇ ਬਸ ਵਿਰੋਧ ਕਰਨ ਲੱਗ ਪਓ। ਪਰ ਉਹ ਬੰਦੇ ਹਨੀ ਸਿੰਘ ਦੇ ਅੰਦਰ ਦਾ ਸ਼ੈਤਾਨ ਜਾਣਦੇ ਸੀ, ਉਹਨਾਂ ਨੇ ਸਾਰੇ ਕੁਛ ਦੀ ਪਰਵਾਹ ਕੀਤਿਓ ਬਗੈਰ ਹਨੀ ਸਿੰਘ ਦਾ ਵਿਰੋਧ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਸਾਡੀਆਂ ਨਸਲਾਂ ਬਰਬਾਦ ਕਰਨ ਦੀ। ਕੀ ਤੁਹਾਨੂੰ ਪਤਾ ਕਿ ਬੀਰਬਲ, ਤਪਾ, ਚੰਦੂ, ਗੰਗੂ, ਜਸਪਤ ਰਾਏ, ਲਖਪਤ ਰਾਏ ਅਤੇ ਹਨੀ ਸਿੰਘ, ਇਹਨਾਂ ਸਾਰਿਆਂ ਦੇ ਵਿੱਚ ਕੀ ਸਾਂਝਾ? ਇਹਨਾਂ ਸਾਰਿਆਂ ਦੇ ਵਿੱਚ ਇੱਕ ਸਾਂਝਾ ਕਿ ਇਹਨਾਂ ਸਾਰਿਆਂ ਨੇ ਸਿੱਖਾਂ ਦੀਆਂ ਨਸਲਾਂ ਖਤਮ ਕਰਨ ਦਾ ਪਲੀਤ ਖਿਆਲ ਆਪਣੇ ਮਨ ਦੇ ਵਿੱਚ ਪਾਲਿਆ। ਇਹ ਮੈਂ ਨਹੀਂ ਕਹਿੰਦਾ, ਇਹ ਹਨੀ ਸਿੰਘ ਆਪਣੇ ਮੂੰਹੋਂ ਕਹਿ ਰਿਹਾ। ਜਬ ਪੂਰੀ 4 ਬੋਟਲ ਖਤਮ ਹੋਈ ਤੋ ਮੈਨੇ ਇੱਕ ਡਿਸੀਜ਼ਨ ਲਿਆ। ਮੈਂ ਕਿਹਾ ਇਸਕੋ ਮੈਂ ਪਤਾ ਕੈਸੇ ਗਾਊਂਗਾ, ਭਾਈ ਕੈਸੇ ਗਾਓਗੇ? ਮੈਂ ਕਿਹਾ ਇਸਕੋ ਬੱਚੇ ਕੀ ਨਾ ਬੱਚੇ ਕੀ ਐਕਸੀਡੈਂਟ ਮੈਂ ਗਾਊਂਗਾ। ਮੈਂ ਰਹੂੰ ਸਾਰੀ ਰਾਤ ਇਨ ਦ ਬੈਕ, ਦਾਰੂ ਪੀਨੂ ਲਗਾਤਾਰ। ਕਹਿੰਦਾ ਭਾਈ ਐਸਾ ਕਿਉਂ? ਮੈਂ ਕਿਹਾ ਮੈਂ ਇਨਕੀ ਨਸਲ ਮੈਂ ਗੁਸਾ ਦੂੰਗਾ, ਉਹ ਕਾ ਜੋ ਕਹਿ ਰਹੇ ਕਿ ਮੈਂ ਨਸਲ ਖਰਾਬ ਕਰ ਰਿਹਾ। ਇਹ ਮੈਨੂੰ ਗੁੱਸੇ ਮੈਂ ਮਰਾ ਔਰ ਮੈਂ ਕਿਹਾ ਮੈਂ ਇਨਕੀ ਨਸਲ ਮੈਂ ਗੁਸਾ ਦੂੰਗਾ, ਉਹ ਕਾ ਜੋ ਕਾ ਬੱਚਾ ਬੱਚਾ ਗਾਏਗਾ ਔਰ ਉਹ ਹੁਆ ਸਾ ਬੱਚਾ ਬੱਚਾ ਗਾਤਾ ਉਹਦਾ ਉਹ ਕਾ। ਹਨੀ ਸਿੰਘ ਦੀ ਆਪਣੇ ਇਸ ਗੀਤ ਬਾਰੇ ਕਹੀ ਗਈ ਇਹ ਗੱਲ ਬਿਲਕੁਲ ਸੱਚ ਆ। ਇਹ ਗੀਤ ਉਹਨਾਂ ਸਮਿਆਂ ਦੇ ਵਿੱਚ ਬੱਚੇ ਬੱਚੇ ਦੀ ਜ਼ਬਾਨ 'ਤੇ ਚੜ੍ਹਿਆ, ਅਤੇ ਛੋਟੇ ਬੱਚਿਆਂ ਦੇ ਮਾਪੇ ਘਰੇ ਪ੍ਰਾਹੁਣਾ ਆਉਣ 'ਤੇ ਆਪ ਆਪਣੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਵੀ ਪੁੱਤ ਪ੍ਰਾਹੁਣਿਆਂ ਨੂੰ ਹਨੀ ਸਿੰਘ ਦਾ ਉਹ ਗਾਣਾ ਗਾ ਕੇ ਸੁਣਾ। ਹਨੀ ਸਿੰਘ ਕਹਿੰਦਾ ਕਿ ਸਾਰਾ ਕੁਛ ਉਹ ਸ਼ੈਤਾਨੀ ਪੈਰੇ ਦੇ ਵਿੱਚ ਕਰਦਾ ਰਿਹਾ, ਅੱਜ ਉਹ ਮਹਾਂਦੇਵ ਦਾ ਭਗਤ ਹੋ ਚੁੱਕਾ ਅਤੇ ਅੱਜ ਉਹ ਸਾਰਾ ਕੁਛ ਛੱਡ ਚੁੱਕਾ। ਖੈਰ ਇਹ ਤੁਸੀਂ ਉਹਦੇ ਅੱਜ ਦੇ ਗੀਤਾਂ ਤੋਂ ਪਤਾ ਕਰ ਸਕਦੇ ਹੋ ਵੀ ਛੱਡ ਚੁੱਕਾ ਜਾਂ ਨਹੀਂ ਛੱਡ ਚੁੱਕਾ। ਪਰ ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਜਿਹੜੇ ਬੰਦੇ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ ਤਕਰੀਬਨ 10-12 ਸਾਲ ਪਹਿਲਾਂ ਹਨੀ ਸਿੰਘ ਦੇ ਇਹੋ ਜਿਹੇ ਗੀਤਾਂ ਦਾ ਵਿਰੋਧ ਕਰਦੇ ਸੀ, ਉਹ ਹਨੀ ਸਿੰਘ ਦੇ ਅੰਦਰ ਦੇ ਸ਼ੈਤਾਨ ਨੂੰ ਉਸ ਸਮੇਂ ਜਾਣ ਚੁੱਕੇ ਸੀ, ਜਿਹੜੇ ਸ਼ੈਤਾਨ ਦਾ ਹਨੀ ਸਿੰਘ ਨੂੰ ਅੱਜ ਆ ਕੇ ਪਤਾ ਲੱਗਾ। ਸੋ ਉਹ ਜਿੰਨੇ ਵੀ ਲੋਕ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਹਨੀ ਸਿੰਘ ਦੇ ਇਹੋ ਜਿਹੇ ਗੀਤਾਂ ਦਾ ਵਿਰੋਧ ਕੀਤਾ, ਉਹ ਵਧਾਈ ਦੇ ਹੱਕਦਾਰ ਨੇ। ਸ਼ਾਇਦ ਮਹਾਰਾਜ ਵੱਲੋਂ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇੱਕ ਬੰਦਾ ਇਸ ਕਿਸਮ ਦੇ ਗੀਤ ਗਾ ਕੇ ਨਸਲਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਨਸਲਾਂ ਨੂੰ ਨਸ਼ੇ ਦੇ ਆਦੀ ਬਣਾਉਣ ਦੀ ਕੋਸ਼ਿਸ਼ ਕਰਨ ਡਿਆ। ਸੋ ਤੁਹਾਡੀ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਬੰਦੇ ਦਾ ਵਿਰੋਧ ਕਰੋ। ਉਹਨਾਂ ਸਮਿਆਂ 'ਚ ਹਨੀ ਸਿੰਘ ਦਾ ਵਿਰੋਧ ਕਰਨ ਵਾਲੇ ਭੈਣਾਂ ਭਰਾਵਾਂ ਨੂੰ ਬਹੁਤ ਕਿਸਮ ਦੀਆਂ ਐਲੀਗੇਸ਼ਨਸ ਦਾ ਸਾਹਮਣਾ ਕਰਨਾ ਪਿਆ। ਕਿਸੇ ਨੇ ਕਿਹਾ ਕਿ ਸ਼ੋਹਰਤ ਦੇ ਲਈ ਹਨੀ ਸਿੰਘ ਦਾ ਵਿਰੋਧ ਕਰਦੇ ਆ, ਕਿਸੇ ਨੇ ਕਿਹਾ ਕਿ ਇਹ ਪੈਸੇ ਲੈ ਕੇ ਹਨੀ ਸਿੰਘ ਦਾ ਵਿਰੋਧ ਕਰਨ ਡਏ ਆ, ਅਤੇ ਕਿਸੇ ਨੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਦਾ ਤਾਂ ਕੰਮ ਹੀ ਇਹ ਆ, ਜਿਹੜਾ ਵੀ ਕੋਈ ਸਿੰਗਰ ਆਉਂਦਾ ਉਹਦੇ ਸਾਹਮਣੇ ਬੋਰਡ ਫੜ ਕੇ ਖਲੋਜੋ ਅਤੇ ਬਸ ਵਿਰੋਧ ਕਰਨ ਲੱਗ ਪਓ। ਪਰ ਉਹ ਬੰਦੇ ਹਨੀ ਸਿੰਘ ਦੇ ਅੰਦਰ ਦਾ ਸ਼ੈਤਾਨ ਜਾਣਦੇ ਸੀ, ਉਹਨਾਂ ਨੇ ਸਾਰੇ ਕੁਛ ਦੀ ਪਰਵਾਹ ਕੀਤਿਓ ਬਗੈਰ ਹਨੀ ਸਿੰਘ ਦਾ ਵਿਰੋਧ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਸਾਡੀਆਂ ਨਸਲਾਂ ਬਰਬਾਦ ਕਰਨ ਦੀ ਜਿਹੜੀ ਮਾੜੀ ਮਨਸ਼ਾ ਆਪਣੇ ਮਨ ਦੇ ਵਿੱਚ ਰੱਖ ਕੇ ਅਤੇ ਸਾਰਾ ਕੁਛ ਕਰ ਰਿਹਾ। ਹਨੀ ਸਿੰਘ ਵਰਗੇ ਬੰਦਿਆਂ ਦੇ ਸ਼ੈਤਾਨ ਬਣਨ ਦਾ ਇੱਕ ਪੂਰਾ ਪ੍ਰੋਸੈਸ ਆ। ਆਮ ਤੌਰ 'ਤੇ ਗਾਇਕਾਂ, ਗੀਤਕਾਰਾਂ ਅਤੇ ਫਿਲਮਾਂ ਬਣਾਉਣ ਵਾਲਿਆਂ ਵੱਲੋਂ ਇੱਕ ਤਰਕ ਦਿੱਤਾ ਜਾਂਦਾ ਕਿ ਅਸੀਂ ਉਹੀ ਚੀਜ਼ ਬਣਾਉਂਦੇ ਹਾਂ ਜੋ ਸਮਾਜ ਦੇ ਵਿੱਚ ਵਾਪਰ ਰਹੀ ਹੁੰਦੀ ਆ। ਫਿਲਮਾਂ ਵਾਲੇ ਕਹਿੰਦੇ ਆ ਕਿ ਸਾਡੀਆਂ ਕਹਾਣੀਆਂ ਸਮਾਜ ਦੇ ਵਿੱਚ ਆਉਂਦੀਆਂ,
ਗਾਇਕ ਗੀਤਕਾਰ ਕਹਿੰਦੇ ਆ ਕਿ ਸਾਡੇ ਗੀਤਾਂ ਦੇ ਬੋਲ ਸਮਾਜ ਦੇ ਵਿੱਚ ਆਉਂਦੇ ਆ, ਜੋ ਕੋਈ ਸਮਾਜ ਦੇ ਵਿੱਚ ਵਾਪਰਦਾ ਅਸੀਂ ਤਾਂ ਉਹੀ ਗਾਉਂਦੇ ਹਾਂ, ਉਹੀ ਲਿਖਦੇ ਹਾਂ ਅਤੇ ਉਹਦੇ 'ਤੇ ਫਿਲਮਾਂ ਬਣਾਉਂਦੇ ਹਾਂ। ਪਰ ਅਸਲ ਦੇ ਵਿੱਚ ਇੱਦਾਂ ਨਹੀਂ ਹੁੰਦਾ। ਅਸਲ ਦੇ ਵਿੱਚ ਸਮਾਜ ਮਨੋਰੰਜਨ ਦੇ ਇਹਨਾਂ ਸਾਧਨਾਂ ਵੱਲ ਵੇਖ ਕੇ ਆਪਣੀਆਂ ਆਦਤਾਂ ਬਦਲਦਾ ਅਤੇ ਆਦਤਾਂ ਬਣਾਉਂਦਾ। ਸਮਾਜ ਸਿਨੇਮੇ ਵੱਲ ਵੇਖ ਕੇ ਇਹ ਸਿੱਖਦਾ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਜੀਣੀ ਹੈ, ਕਿਉਂਕਿ ਸਮਾਜ ਇਹਨਾਂ ਲੋਕਾਂ ਦੇ ਵਿੱਚੋਂ ਆਪਣਾ ਰੋਲ ਮਾਡਲ ਵੇਖਣ ਲੱਗ ਪੈਂਦਾ। ਅਤੇ ਖਾਸ ਕਰਕੇ ਛੋਟੇ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਇਹੋ ਜਿਹੇ ਬੰਦਿਆਂ ਦਾ ਬਹੁਤ ਵੱਡਾ ਅਸਰ ਪੈਂਦਾ। ਛੋਟੇ ਬੱਚਿਆਂ ਦੀ ਬ੍ਰੇਨ ਵਾਸ਼ਿੰਗ ਬਹੁਤ ਜਲਦੀ ਹੁੰਦੀ ਹੈ, ਕਿਉਂਕਿ ਮਨ ਕੋਮਲ ਹੁੰਦੇ ਆ, ਸੋ ਉਹ ਇਹਨਾਂ ਨੂੰ ਆਪਣਾ ਆਈਡਲ ਮੰਨ ਕੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਆ। ਅੱਜ ਹਨੀ ਸਿੰਘ ਕਹਿੰਦਾ ਕਿ ਮੈਨੂੰ ਇਸ ਗੱਲ ਦਾ ਡਰ ਆ, ਮੈਨੂੰ ਇਸ ਗੱਲ ਦਾ ਭੈ ਆ ਕਿ ਮੇਰੇ ਭਤੀਜੇ ਭਤੀਜੀਆਂ ਜਵਾਨ ਹੋਣ ਡਏ ਨੇ ਅਤੇ ਉਹ ਮੇਰੇ ਗੀਤ ਨਾ ਸੁਣਨ। ਸੋ ਹਨੀ ਸਿੰਘ ਵਰਗਾ ਬੰਦਾ ਜਿਹੜਾ ਖੁਦ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਆਪਣੇ ਗੀਤ ਨਹੀਂ ਸੁਣਾਉਣਾ ਚਾਹੁੰਦਾ, ਕਿਉਂਕਿ ਉਹਨੂੰ ਪਤਾ ਕਿ ਮੇਰੇ ਗੀਤ ਬੱਚਿਆਂ ਵਾਸਤੇ ਚੰਗੇ ਨਹੀਂ ਹੈਗੇ, ਮੇਰੇ ਗੀਤ ਸਮਾਜ ਵਾਸਤੇ ਚੰਗੇ ਨਹੀਂ ਹੈਗੇ, ਪਰ ਸਮਾਜ ਕਿਸੇ ਵੇਲੇ ਹਨੀ ਸਿੰਘ ਦੇ ਗੀਤਾਂ ਨੂੰ ਸੈਲੀਬ੍ਰੇਟ ਕਰਨ ਡਿਆ ਸੀ। ਅਤੇ ਜਿਹੜੇ ਬੱਚੇ ਨੂੰ ਹਨੀ ਸਿੰਘ ਦੇ ਗਾਣੇ ਨਹੀਂ ਆਉਂਦੇ, ਉਹਦੇ ਮਾਂ ਪਿਓ ਜਿਹੜੇ ਹੀ ਕਿਤੇ ਨਾ ਕਿਤੇ ਇਨਫੀਰੀਅਰ ਫੀਲ ਕਰਦੇ ਸੀ ਕਿ ਸਾਡਾ ਬੱਚਾ ਜਿਹੜਾ ਤਾਂ ਪੇਂਡੂ ਬਣ ਚੱਲਿਆ, ਤਾਂ ਰੂੜੀਵਾਦੀ ਬਣ ਚੱਲਿਆ, ਇਹ ਕਿਤੇ ਪਿੱਛੇ ਨਾ ਰਹਿ ਜੇ ਦੂਜੇ ਬੱਚਿਆਂ ਦੇ ਨਾਲੋਂ, ਇਹਨੂੰ ਵੀ ਮਾਡਰਨ ਹੋਣ ਦੀ ਲੋੜ ਆ ਅਤੇ ਇਹਨੂੰ ਵੀ ਹਨੀ ਸਿੰਘ ਦੇ ਗਾਣੇ ਆਉਣੇ ਚਾਹੀਦੇ ਆ। ਅੱਜ ਵੀ ਹਨੀ ਸਿੰਘ ਦੇ ਦੁਨੀਆ ਭਰ ਦੇ ਵਿੱਚ ਸ਼ੋਅ ਹੋਣ ਡਏ ਆ, ਹਾਲਾਂਕਿ ਉਹ ਚੱਲਦੇ ਨਹੀਂ ਆ, ਕਿਉਂਕਿ ਦਿਮਾਗੀ ਤੌਰ 'ਤੇ ਮਾਨਸਿਕ ਤੌਰ 'ਤੇ ਉਹ ਬੰਦਾ ਜਿਹੜਾ ਉਹ ਹਿੱਲ ਚੁੱਕਾ ਵਾ, ਮਹਾਰਾਜ ਦੀ ਮਾਰ ਵੱਜੀ ਆ ਉਹਨੂੰ। ਪਰ ਅੱਜ ਵੀ ਬੰਦੇ ਉਹਦਾ ਸ਼ੋਅ ਕਰਵਾਉਣ ਡਏ ਆ, ਉਹਦੀਆਂ ਟਿਕਟਸ ਖਰੀਦਦੇ ਆ, ਉਹਨੂੰ ਵੇਖਣ ਜਾਂਦੇ ਆ ਅਤੇ ਆਪਣੇ ਬੱਚਿਆਂ ਨੂੰ ਅੱਜ ਵੀ ਹਨੀ ਸਿੰਘ ਵਰਗੇ ਬੰਦੇ ਦਿਖਾਉਂਦੇ ਆ। ਜਿਹੜਾ ਹਨੀ ਸਿੰਘ ਖੁਦ ਆਪਣੇ ਲਿਖੇ ਆਪਣੇ ਗਾਏ ਗੀਤ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਨਹੀਂ ਵਿਖਾਉਣਾ ਚਾਹੁੰਦਾ। ਕਈ ਵਾਰੀ ਬੰਦੇ ਦਲੀਲ ਦਿੰਦੇ ਆ ਕਿ ਚੰਗਾ ਮਾੜਾ ਸੰਗੀਤ ਮੁੜ ਤੋਂ ਹੀ ਬੰਦਾ ਸੁਣਦਾ ਆ, ਕਿਸੇ ਨੂੰ ਚੰਗੇ ਗੀਤ ਚੰਗੇ ਲੱਗਦੇ ਸੀ, ਕਿਸੇ ਨੂੰ ਮਾੜੇ ਰਸ ਵਾਲੇ ਗੀਤ ਜਿਹੜੇ ਆ ਜਾਂ ਬੋਲੀਆਂ ਜਿਹੜੀਆਂ ਨੇ ਉਹ ਵੀ ਚੰਗੀਆਂ ਲੱਗਦੀਆਂ ਸੀ। ਇਹ ਬਿਲਕੁਲ ਸੱਚੀ ਗੱਲ ਆ ਕਿ ਮੁੱਢ ਕਦੀਮਾਂ ਤੋਂ ਹੀ ਬੰਦਾ ਚੰਗਾ ਮਾੜਾ ਸੰਗੀਤ ਜਿਹੜਾ ਉਹ ਸੁਣਦਾ ਆ, ਪਰ ਸਮਾਜ ਦੇ ਵਿੱਚ ਮਾੜਾ ਸਮਝਿਆ ਜਾਂਦਾ ਸੰਗੀਤ ਜਿਹੜਾ ਸੀ ਉਹ ਕਦੇ ਵੀ ਸਮਾਜ ਦੇ ਵਿੱਚ ਨੋਰਮਲ ਨਹੀਂ ਹੋਇਆ। ਮਿਸਾਲ ਦੇ ਤੌਰ 'ਤੇ ਇੱਕ ਟਾਈਮ ਦੇ ਉੱਤੇ ਚਮਕੀਲਾ ਬਹੁਤ ਫੇਮਸ ਸੀ, ਪਰ ਚਮਕੀਲੇ ਦੇ ਗੀਤ ਜਿਹੜੇ ਸੀ ਉਹ ਮੋਟਰਾਂ 'ਤੇ ਬੰਬੀਆਂ 'ਤੇ ਜਾਂ ਟਰੱਕਾਂ ਦੇ ਵਿੱਚ ਫੇਮਸ ਸੀ, ਚਮਕੀਲਾ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਵੜਿਆ। ਜਿਹੜੇ ਤਰੀਕੇ ਨਾਲ ਇਮਤਿਆਜ਼ ਅਲੀ ਨੇ ਬਾਲੀਵੁੱਡ ਦੇ ਡਾਇਰੈਕਟਰ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਟਾਈਮ ਦੇ ਉੱਤੇ 99% ਪੰਜਾਬ ਦੀਆਂ ਕੁੜੀਆਂ ਚਮਕੀਲੇ ਦੇ ਗੀਤਾਂ ਦੇ ਉੱਤੇ ਭੰਗੜਾ ਪਾਉਣ ਡੀਆਂ ਸੀ, ਉਹ ਬਿਲਕੁਲ ਬਿਨ ਸਿਰ ਪੈਰ ਦੀ ਗੱਲ ਆ। ਚਮਕੀਲਾ ਜਿਹੜਾ ਉਹਨੂੰ ਟਰੱਕ ਡਰਾਈਵਰ ਜਾਣਦੇ ਸੀ ਜਾਂ ਚਮਕੀਲੇ ਨੂੰ ਜਿਹੜੇ ਸੀ ਆਮ ਇਸ ਕਿਸਮ ਦੀ ਗਾਇਕੀ ਸੁਣਨ ਵਾਲੇ ਲੋਕ ਜਿਹੜੇ ਸੀ ਉਹ ਜਾਣਦੇ ਸੀ, ਪਰ ਚਮਕੀਲਾ ਕਦੇ ਵੀ ਪੰਜਾਬ ਦੇ ਆਮ ਮਾਸਸ ਦੇ ਵਿੱਚ ਕਦੇ ਵੀ ਫੇਮਸ ਨਹੀਂ ਹੋਇਆ। ਸੋ ਜੇਕਰ ਉਸ ਸਮੇਂ ਦੇ ਉੱਤੇ ਘਰਾਂ ਦੇ ਵਿੱਚ TV ਹੁੰਦੇ ਜਾਂ ਅੱਜ ਵਾਂਗ ਇੰਟਰਨੈੱਟ ਹੁੰਦਾ ਤਾਂ ਚਮਕੀਲਾ ਜ਼ਰੂਰ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦਾ, ਜਿਵੇਂ ਕਿ ਅੱਜ ਹਨੀ ਸਿੰਘ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਿਆ ਸੀ। ਸੋ ਉਸ ਸਮੇਂ 'ਤੇ ਚਮਕੀਲੇ ਦਾ ਇੱਕ ਖਾਸ ਦਾਇਰੇ ਦੇ ਵਿੱਚ ਵਿਰੋਧ ਹੋਇਆ ਜਦੋਂ ਚਮਕੀਲਾ ਪਿੰਡਾਂ ਦੇ ਵਿੱਚ ਆ ਕੇ ਅਖਾੜੇ ਲਾ ਕੇ ਇਸ ਕਿਸਮ ਦੇ ਨਾਲ ਲੱਚਰਤਾ ਫੈਲਾਉਣ ਲੱਗ ਪਿਆ। ਅਤੇ ਇਸ ਸਮੇਂ ਦੇ ਵਿੱਚ ਜਦੋਂ ਹਨੀ ਸਿੰਘ TV ਰਾਹੀਂ ਇੰਟਰਨੈੱਟ ਰਾਹੀਂ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਗਿਆ ਅਤੇ ਇਸ ਸਮੇਂ ਹਨੀ ਸਿੰਘ ਦਾ ਵੀ ਵਿਰੋਧ ਹੋਇਆ। ਸੋ ਵਿਰੋਧ ਕਰਨ ਵਾਲੇ ਲੋਕ ਜਿਹੜੇ ਨੇ ਜਦੋਂ ਉਹਨਾਂ ਦੇ ਦਾਇਰੇ ਦੀ ਮਰਿਆਦਾ ਭੰਗ ਹੁੰਦੀ ਆ ਅਤੇ ਉਹ ਵਿਰੋਧ ਕਰਦੇ ਆ ਅਤੇ ਉਹਨਾਂ ਦਾ ਵਿਰੋਧ ਜਾਇਜ਼ ਹੁੰਦਾ। ਮਿਸਾਲ ਦੇ ਤੌਰ 'ਤੇ ਅਸੀਂ ਕਿਸੇ ਪਿੰਡ ਕਲੋਨੀ ਜਾਂ ਕਿਸੇ ਮੁਹੱਲੇ ਦੇ ਵਿੱਚ ਰਹਿੰਦੇ ਹਾਂ ਅਤੇ ਸਾਡੇ ਮੁਹੱਲੇ ਜਾਂ ਸਾਡੀ ਕਲੋਨੀ ਜਾਂ ਸਾਡੇ ਪਿੰਡ ਦੇ ਵਿੱਚ ਰਹਿਣ ਵਾਲਾ ਕੋਈ ਬੰਦਾ ਜਾਂ ਕੋਈ ਬੀਬੀ ਕੋਈ ਐਸਾ ਧੰਦਾ ਕਰਨ ਲੱਗ ਪੈਂਦੇ ਆ ਜਿਹੜਾ ਸਮਾਜ ਦੇ ਵਿੱਚ ਪ੍ਰਵਾਨਿਤ ਨਹੀਂ ਹੈਗਾ, ਜਿਹਨੂੰ ਸਮਾਜ ਦੇ ਵਿੱਚ ਅਸ਼ਲੀਲ ਸਮਝਿਆ ਜਾਂਦਾ, ਅਤੇ ਉਸ ਘਰ ਦੇ ਵਿੱਚ ਗੈਰ ਬੰਦਿਆਂ ਦੀ ਆਵਾਜਾਈ ਜਿਹੜੀ ਉਹ ਵੱਧ ਜਾਂਦੀ ਆ, ਅਤੇ ਉਹ ਘਰ ਜਿਹੜਾ ਵਾ ਉਸ ਮੁਹੱਲੇ ਦੀ ਜਾਂ ਉਸ ਕਲੋਨੀ ਦੀ ਜਾਂ ਉਸ ਪਿੰਡ ਦੀ ਮਰਿਆਦਾ ਭੰਗ ਕਰਨ ਲੱਗ ਪੈਂਦਾ। ਉਹਨਾਂ ਦੇ ਆਂਢੀ ਗੁਆਂਢੀ ਸਮਝਦੇ ਆ ਕਿ ਇਹਨਾਂ ਦੇ ਇਸ ਧੰਦੇ ਦੇ ਨਾਲ ਸਾਡੇ ਪਰਿਵਾਰ ਦੇ ਉੱਤੇ ਜਾਂ ਸਾਡੇ ਬੱਚਿਆਂ ਦੇ ਉੱਤੇ ਮਾੜਾ ਅਸਰ ਪੈਂਦਾ, ਅਤੇ ਉਹ ਕਲੋਨੀ ਵਾਲੇ ਬੰਦੇ ਉਹ ਮੁਹੱਲੇ ਵਾਲੇ ਬੰਦੇ ਜਾਂ ਉਹ ਪਿੰਡ ਵਾਲੇ ਬੰਦੇ ਉਸ
ਉਸ ਪਰਿਵਾਰ ਦਾ, ਉਸ ਬੰਦੇ ਦਾ ਜਾਂ ਉਸ ਜਨਾਨੀ ਦਾ ਵਿਰੋਧ ਕਰਦੇ ਆ ਕਿ ਭਾਈ ਜੇ ਤੂੰ ਇੱਦਾਂ ਦਾ ਕੋਈ ਕੰਮ ਕਰਨਾ ਤਾਂ ਸਾਡੇ ਪਿੰਡੋਂ ਜਾਂ ਸਾਡੀ ਗਲੀ ਮੁਹੱਲੇ 'ਚੋਂ ਉੱਠ ਕੇ ਕਿਤੇ ਹੋਰ ਚਲਾ ਜਾ, ਪਰ ਸਾਡੇ ਸਾਡੇ ਮੁਹੱਲੇ ਦੇ ਵਿੱਚ ਇਹ ਚੀਜ਼ ਪ੍ਰਵਾਨਤ ਨਹੀਂ ਹੈਗੀ, ਅਤੇ ਉਹਨਾਂ ਨੂੰ ਇਹ ਪੂਰਾ ਹੱਕ ਹੁੰਦਾ ਕਿ ਉਹ ਇਸ ਚੀਜ਼ ਦਾ ਵਿਰੋਧ ਕਰ ਸਕਣ। ਹੁਣ ਕੋਈ ਵੀ ਗਾਇਕ ਆ, ਗੀਤਕਾਰ ਆ ਜਾਂ ਕੋਈ ਵੀ ਸਿਨੇਮਾ ਜਿਹੜਾ ਟੀ ਵੀ ਰਾਹੀਂ ਤੁਹਾਡਿਆਂ ਘਰਾਂ ਦੇ ਵਿੱਚ ਪਹੁੰਚ ਗਿਆ, ਜਿੱਥੋਂ ਤੁਸੀਂ ਆਪਣੇ ਬੱਚੇ ਬਚਾ ਨਹੀਂ ਸਕਦੇ, ਜਿੱਥੋਂ ਤੁਸੀਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਹਾਡਿਆਂ ਕੰਨਾਂ ਦੇ ਵਿੱਚ ਉਹ ਚੀਜ਼ ਪੈਣੀ ਆ, ਅਤੇ ਉਹਨਾਂ ਬੰਦਿਆਂ ਨੂੰ ਪੂਰਾ ਹੱਕ ਆ ਕਿ ਜਿਹੜੀ ਚੀਜ਼ ਉਹਨਾਂ ਦੇ ਬੱਚਿਆਂ ਵਾਸਤੇ ਸਹੀ ਨਹੀਂ ਹੈਗੀ ਉਹਦਾ ਵਿਰੋਧ ਕਰ ਸਕਣ। ਸੋ ਇਸੇ ਤਰੀਕੇ ਨਾਲ ਹਨੀ ਸਿੰਘ ਦਾ ਉਹਨਾਂ ਸਮਿਆਂ ਦੇ ਵਿੱਚ ਵਿਰੋਧ ਹੋਇਆ। ਕੁਛ ਬਾਤ ਹੈ ਕਿ ਹਸਤੀ ਮਿੱਟੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਣ, ਦੌਰੇ ਜ਼ਮਾਂ ਹਮਾਰਾ। ਹਨੀ ਸਿੰਘ ਤੋਂ ਪਹਿਲਾਂ ਇਨਸਾਨ ਨਹੀਂ ਜਿਹਨੇ ਸਿੱਖਾਂ ਦੀ ਨਸਲ ਖਤਮ ਕਰਨ ਦੀ ਗੱਲ ਆਪਣੇ ਦਿਮਾਗ ਦੇ ਵਿੱਚ ਲਿਆਂਦੀ। ਹਨੀ ਸਿੰਘ ਤੋਂ ਪਹਿਲਾਂ ਬਹੁਤ ਇਹਦੇ ਵਰਗੇ ਨਿੱਕੇ ਅਤੇ ਅਧਨੇ ਬੰਦੇ ਸੀ ਜਿਨ੍ਹਾਂ ਨੇ ਗੱਲਾਂ ਸੋਚੀਆਂ। ਹਨੀ ਸਿੰਘ ਨੇ ਸਿੱਖਾਂ ਦੀ ਨਸਲ ਤਾਂ ਕੀ ਖਤਮ ਕਰਨੀ ਸੀ, ਇਹ ਸੋਚਦਾ ਸੋਚਦਾ ਹਨੀ ਸਿੰਘ ਆਪ ਡਰੱਗ ਅਡਿਕਟ ਹੋ ਗਿਆ ਅਤੇ ਮਾਨਸਿਕ ਰੋਗੀ ਹੋ ਕੇ ਕਈ ਸਾਲ ਆਪਣੇ ਘਰ ਆਪਣੇ ਬੈੱਡ 'ਤੇ ਪਿਆ ਰਿਹਾ। ਹੁਣ ਕਮਬੈਕ ਕਰਨ ਦੀ ਕੋਸ਼ਿਸ਼ ਕਰਨ ਡਿਆ, ਪਰ ਉਹ ਕਦੇ ਨਹੀਂ ਹੋਣਾ ਕਿਉਂਕਿ ਉਹ ਇੱਕ ਮਾਨਸਿਕ ਰੋਗੀ ਆ। ਉਹਨੇ ਸਿੱਖਾਂ ਦੀ ਨਸਲ ਖਤਮ ਕਰਨ ਦਾ ਪਲੀਤ ਖਿਆਲ ਆਪਣੇ ਮਨ ਦੇ ਵਿੱਚ ਪਾਲਿਆ ਅਤੇ ਇਹਨੂੰ ਮਹਾਰਾਜ ਦੀ ਮਾਰ ਵੱਜੀ ਆ। ਸੋ ਮਹਾਰਾਜ ਦੀ ਮਾਰ ਵੱਜੀ ਵਾਲੇ ਬੰਦੇ ਦਾ ਕਦੇ ਵੀ ਕਮਬੈਕ ਨਹੀਂ ਹੋ ਸਕਦਾ।